ਸਸਕੀ ਕਾਲਜੀ ਮੈਂ ਤੁਹਾਡਾ ਆਪਣਾ ਦਵਿੰਦਰ ਪੂਨੀਆ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਇੱਕ ਬਹੁਤ ਵੱਡੀ ਹਸਤੀ ਦੀ ਬਹੁਤ ਵੱਡੀ ਸ਼ਖਸੀਅਤ ਦੀ ਜਿਨ੍ਹਾਂ ਦਾ ਨਾਮ ਸੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਇਹ ਇੰਨੀ ਵੱਡੀ ਹਸਤੀ ਹੈ ਕਿ ਇਹਨਾਂ ਨੂੰ ਪੰਜਾਬ ਦੇ 6ਵੇਂ ਦਰਿਆਵਾਂ ਵੱਜੋਂ ਵੀ ਜਾਣਿਆ ਜਾਂਦਾ ਮਤਲਬ ਇੰਨਾ ਇਹਨਾਂ ਨੇ ਕੰਮ ਕੀਤਾ ਪੰਜਾਬ ਲਈ ਪੰਜਾਬੀਅਤ ਲਈ ਤੇ ਇਹਨਾਂ ਇਹਨਾਂ ਦੀ ਦੇਣ ਬਹੁਤ ਵੱਡੀ ਹੈ ਇਹ 1909 ਚ ਪੈਦਾ ਹੋਏ ਸੀ ਜ਼ੀਰੇ ਫਿਰੋਜ਼ਪੁਰ ਜ਼ਿਲ੍ਹੇ ਚ ਤੇ ਫਿਰ ਇਹਨਾਂ ਨੇ ਐਮ ਐਸ ਸੀ ਕੀਤੀ ਤੇ ਐਮ ਐਸ ਸੀ ਕੀਤੀ ਇੱਕ ਦਰਿਆਵਾ ਚ ਇੱਕ ਖਾਸ ਕਿਸਮ ਦੀ ਕਾਈ ਹੁੰਦੀ ਆ ਉਹਦੇ ਉੱਤੇ ਇਹਨਾਂ ਨੇ ਐਮ ਐਸ ਸੀ ਦਾ ਖੋਜ ਕੀਤੀ ਸੀ ਤੇ ਐਮ ਐਸ ਸੀ ਇਹਨਾਂ ਨੇ ਕੀਤੀ ਸੀ ਲਾਹੌਰ ਤੋਂ ਉਦੋਂ ਮਗਰੋਂ ਇਹ ਆਈ ਸੀ ਐਸ ਚ ਸਿਲੈਕਟ ਹੋ ਗਏ ਸੀ ਜਿਹਨੂੰ ਅੱਜ ਕੱਲ ਆਈ ਐਸ ਕਿਹਾ ਜਾਂਦਾ ਉਦੋਂ ਆਈ ਸੀ ਐਸ ਹੁੰਦੀ ਸੀ ਇੰਡੀਅਨ ਸਿਵਲ ਸਰਵਿਸ 1934 ਚ ਇਹਨਾਂ ਨੇ ਜੁਆਇਨ ਕੀਤੀ ਸੀਗੀ ਫਿਰ ਇਹ ਕਈ ਜਗ੍ਹਾ ਤੇ ਡੀਸੀ ਦੇ ਅਹੁਦੇ ਤੇ ਰਹੇ ਤੇ ਉਦੋਂ ਬਾਅਦ ਚ ਇਹ ਦਿੱਲੀ ਦੇ ਡੀਸੀ ਰਹੇ 1946 ਚ ਤੇ ਫਿਰ ਜਿੱਦਾਂ ਕਿ ਆਪਾਂ ਨੂੰ ਪਤਾ ਆ ਕਿ ਭਾਰਤ ਦੀ ਵੰਡ ਹੋ ਗਈ ਤਾਂ ਵੰਡ ਤੋਂ ਮਗਰੋਂ ਇੱਕ ਬਹੁਤ ਵੱਡਾ ਕੰਮ ਦੋਵਾਂ ਸਰਕਾਰਾਂ ਨੂੰ ਪਿਆ ਸੀ ਪਾਕਿਸਤਾਨ ਸਰਕਾਰ ਅਤੇ ਭਾਰਤ ਸਰਕਾਰ ਨੂੰ ਕਿ ਜਿਹੜੇ ਲੋਕ ਇਧਰੋਂ ਉਧਰੋਂ ਹਿਜਰਤ ਕਰਕੇ ਗਏ ਸੀ ਉਹਨਾਂ ਦਾ ਮੁੜ ਵਸੇਬਾ ਕਰਨਾ ਸੀ ਸੋ ਭਾਰਤ ਦੇ ਵਿੱਚ ਇਹ ਕੰਮ ਇਹਨਾਂ ਦੇ ਜ਼म्मे ਆਇਆ ਸੀ ਤੇ ਇਹਨਾਂ ਨੇ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਸਿਰੇ ਚੜਾਇਆ ਉਸ ਤੋਂ ਮਗਰੋਂ ਇਹਨਾਂ ਨੇ ਹੋਰ ਬਹੁਤ ਕੰਮ ਕੀਤੇ ਜਿਸ ਤਰ੍ਹਾਂ ਕਿ ਇਹ ਚੰਡੀਗੜ੍ਹ ਦਾ ਨਿਰਮਾਣ ਚੰਡੀਗੜ੍ਹ ਜਿਸ ਤਰ੍ਹਾਂ ਬਣਿਆ ਹਾਲਾਂਕਿ ਉਹਦਾ ਆਰਕੀਟੈਕਚਰ ਫ੍ਰੈਂਚ ਬੰਦਾ ਸੀ ਉਹ ਤੋਂ ਪਰ ਉੱਥੇ ਜਿਹੜੀ ਲੈਂਡਸਕੇਪਿੰਗ ਆ ਉੱਥੇ ਦਰਖਤ ਕਿਦਾਂ ਦੇ ਲੱਗਣਗੇ ਉੱਥੇ ਬਾਗ ਕਿਦਾਂ ਦੇ ਹੋਣਗੇ ਜਿਵੇਂ ਅੱਜ ਵੀ ਆਪਾਂ ਨੂੰ ਪਤਾ ਉੱਥੇ ਦਰਾਖਤ ਬੋਤਾ ਹਰੇ ਭਾਈ ਬਹੁਤ ਆ ਉਹ ਇਹਨਾਂ ਦੀ ਦੇਣ ਆ ਤੇ ਉਸ ਤੋਂ ਮਗਰੋਂ ਇਹਨਾਂ ਨੇ ਇੰਡੀਅਨ ਐਗਰੀਕਲਚਰ ਜਿਹੜੀ ਰਿਸਰਚ ਕਾਉਂਸਲ ਹੈ ਦਿੱਲੀ ਚ ਉਹ ਵੀ ਇਹਨਾਂ ਨੇ ਸਥਾਪਿਤ ਕਰਵਾਉਣ ਚ ਇਹਨਾਂ ਦਾ ਵੱਡਾ ਰੋਲ ਆ ਬਾਅਦ ਦੇ ਵਿੱਚ ਉਸੇ ਦੇ ਹਿਸਾਬ ਚ ਇੰਡੀਆ ਭਰ ਚ ਐਗਰੀਕਲਚਰ ਦੀਆਂ ਯੂਨੀਵਰਸਿਟੀਆਂ ਬਣੀਆਂ ਜਿਦੇ ਚ ਇੱਕ ਪੀਯੂ ਵੀ ਆ ਲੁਧਿਆਣੇ ਪੀਯੂ ਦੇ ਇਹ ਵੀ ਸੀ ਵੀ ਰਹੇ ਬਾਅਦ ਚ ਤੇ ਪੀਯੂ ਦੇ ਵਿੱਚ ਇਹਨਾਂ ਨੇ ਰੂਰਲ ਮਿਊਜ਼ੀਅਮ ਵੀ ਬਣਵਾਇਆ ਦੇ ਪੀਏਯੂ ਦੀ ਲਾਇਬ੍ਰੇਰੀ ਵੀ ਇਹਨਾਂ ਦੇ ਨਾਂ ਤੇ ਆ ਤੇ ਚੰਡੀਗੜ੍ਹ ਚ ਰੋਜ਼ਗਾਰ ਦੇ ਇਹਨਾਂ ਨੇ ਬਣਵਾਇਆ ਉਸ ਤੋਂ ਬਿਨਾ ਇਹਨਾਂ ਨੇ ਕਿਤਾਬਾਂ ਬਹੁਤ ਲਿਖੀਆਂ ਸਾਇੰਸ ਦੇ ਉੱਤੇ ਹਿਸਟਰੀ ਦੇ ਉੱਤੇ ਪੰਜਾਬ ਦੇ ਦਰਖਤਾਂ ਉੱਤੇ ਪੰਜਾਬ ਦੇ ਕਲਚਰ ਉੱਤੇ ਪੰਜਾਬ ਦੇ ਲੋਕ ਗੀਤਾਂ ਉੱਤੇ ਜਿਹੜੀ ਕਿਤਾਬ ਮਿਲਦੀ ਆ ਉਹਦੇ ਵਿੱਚ ਇਹਨਾਂ ਦਾ ਵੱਡਾ ਰੋਲ ਸੀਗਾ ਆਪਣੇ ਸਤਿਆਰਥੀ ਜੀ ਦੀ ਕਿਤਾਬ ਹੈ ਉਹ ਉਹਦੇ ਚ ਇਹਨਾਂ ਦਾ ਕਾਫੀ ਵੱਡਾ ਯੋਗਦਾਨ ਇਹਨਾਂ ਦਾ ਸੀ ਪੰਜਾਬ ਦਾ ਕਲਚਰ ਸਾਂਭਣ ਚ ਲੋਕ ਗੀਤ ਸਾਂਭਣ ਚ ਜਿਵੇਂ ਤੁਹਾਨੂੰ ਪਤਾ ਕਿ ਕਾਂਗੜਾ ਉਹਦਾ ਪੰਜਾਬ ਦਾ ਹਿੱਸਾ ਹੁੰਦਾ ਸੀ ਕਾਂਗੜਾ ਦੇ ਕਿਲਿਆਂ ਵਿੱਚ ਨਾ ਕਲਾ ਦੇ ਕਾਫੀ ਮਿਲਦੇ ਨੇ ਉੱਥੇ ਛੋਟੇ-ਛੋਟੀਆਂ ਪੇਂਟਿੰਗਸ ਮਿਲਦੀਆਂ ਨੇ ਕਾਂਗੜਾ ਆਰਟ ਕਹਿੰਦੇ ਆ ਉਹਨੂੰ ਸੰਭਾਲਣ ਚ ਇਹਨਾਂ ਦਾ ਬਹੁਤ ਵੱਡਾ ਰੋਲ ਆ ਤੇ ਉਸ ਤੋਂ ਬਾਅਦ ਚ ਇਹਨਾਂ ਨੇ ਪੰਜਾਬ ਦੇ ਕਈ ਕਲਾਕਾਰਾਂ ਲੇਖਕਾਂ ਗਾਇਕਾਂ ਅਤੇ ਹੋਰ ਜਿਹੜੇ ਬੰਦੇ ਕਲਚਰ ਨਾਲ ਸਾਹਿਤ ਨਾਲ ਜੁੜੇ ਹੋਏ ਸੀ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਬੜਾ ਉਹਨਾਂ ਨੂੰ ਸਰਬ ਕੀਤਾ ਉਹਨਾਂ ਦਾ ਕਈ ਕੰਮ ਕੀਤੇ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਪ੍ਰੋਫੈਸਰ ਮੋਹਨ ਸਿੰਘ ਨੂੰ ਪੀਏਯੂ ਚ ਇਹਨਾਂ ਨੇ ਲਿਆਂਦਾ ਸੀ ਤਾਂ ਬਹੁਤ ਲੋਕਾਂ ਨੂੰ ਪਤਾ ਹੈ ਕਿ ਸ਼ਿਵ ਕੁਮਾਰ ਜੀ ਨੂੰ ਵੀ ਇਹਨਾਂ ਨੇ ਜੌਬ ਦਵਾਈ ਸੀ ਉੱਥੇ ਆਪਣੇ ਚੜੀਗੜ ਬੈਂਕ ਦੇ ਵਿੱਚ ਐਸੇ ਤਰ੍ਹਾਂ ਹੋਰ ਕਈ ਬੰਦਿਆਂ ਦੀ ਸਾਂਭ ਸੰਭਾਲਣੇ ਕੀਤੀ ਤਾਂ ਕਿ ਉਹ ਪੰਜਾਬੀ ਸਾਹਿਤ ਪੰਜਾਬੀ ਕਲਚਰ ਅਤੇ ਪੰਜਾਬੀ ਕਲਾ ਦੇ ਵਿੱਚ ਆਪਣਾ ਹਿੱਸਾ ਪਾ ਸਕਣ ਉਸ ਤੋਂ ਬਿਨਾ ਇਹਨਾਂ ਨੇ ਜਿਹੜਾ ਦਰਖਤਾਂ ਦੇ ਉੱਤੇ ਕੰਮ ਕੀਤਾ ਪੰਜਾਬ ਦੇ ਵਿੱਚ ਪਾਏ ਜਾਣ ਵਾਲੇ ਦਰਖਤ ਆ ਉਹ ਕਿੱਥੇ-ਕਿੱਥੇ ਹੁੰਦੇ ਨੇ ਫੁੱਲ ਕਿੱਥੇ-ਕਿੱਥੇ ਹੁੰਦੇ ਨੇ ਉਹਨਾਂ ਦੀ ਸਾਂਭ ਸੰਭਾਲ ਕਿਵੇਂ ਹੋ ਸਕਦੀ ਆ ਉਹ ਇੱਕ ਬਹੁਤ ਵੱਡਾ ਕੰਮ ਹੈ ਤੇ ਉਹ ਅਜੇ ਵੀ ਉਸ ਤਰ੍ਹਾਂ ਦਾ ਕੰਮ ਕਰਨ ਦੀ ਬਹੁਤ ਲੋੜ ਆ ਕਿਉਂਕਿ ਹੁਣ ਦਰਖਤਾਂ ਦੀ ਲੋੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਚੁੱਕੀ ਆ ਕਿਉਂਕਿ ਹੁਣ ਜਿੱਦਾਂ ਆਪਾਂ ਨੂੰ ਪਤਾ ਕਾਰਬਨ ਦੀ ਜਿਹੜੀ ਐਮਿਸ਼ਨ ਹਵਾ ਦੇ ਵਿੱਚ ਕਾਰਬਨ ਦੀ ਪਰਸੈਂਟੇਜ ਆ ਕਾਰਬਨ ਡਾਇਆਕਸਾਈਡ ਦੀ ਉਹ ਬਹੁਤ ਵੱਧ ਚੁੱਕੀ ਆ ਉਹਨੂੰ ਮਤਲਬ ਹੱਲ ਕਰਨ ਲਈ ਉਹ ਸਾਨੂੰ ਉਹਦੀ ਲੋਡ ਪੈਂਦੀ ਆ ਤੇ ਐਸੀ ਤਰ੍ਹਾਂ ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਬਹੁਤ ਮਿਹਨਤ ਨਾਲ ਮਤਲਬ ਕੰਮਾਂ 'ਚ ਆਪਣੇ ਆਪ ਨੂੰ ਰੱਖਿਆ ਐਸੇ ਕੰਮਾਂ 'ਚ ਰੱਖਿਆ ਜਿਦੇ ਨਾਲ ਲੋਕਾਂ ਦਾ ਭਲਾ ਹੋਵੇ ਪਰਿਆਵਰਣ ਦਾ ਭਲਾ ਹੋਵੇ ਕਲਚਰ ਦਾ ਭਲਾ ਹੋਵੇ ਆਰਟ ਦਾ ਭਲਾ ਹੋਵੇ ਮਤਲਬ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਬਹੁਤ ਸ਼ਾਨਦਾਰ ਕੰਮਾਂ 'ਚ ਇਹਨਾਂ ਨੇ ਬਹੁਤ ਸ਼ਾਨਦਾਰ ਕੰਮਾਂ ਨੂੰ ਨਿਪਰੇ ਚੜਾਉਣ 'ਚ ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲਾਈ ਤੇ ਇਹਨਾਂ ਦੀ ਮੌਤ 1986 'ਚ 77 ਸਾਲ ਦੀ ਉਮਰ 'ਚ ਖਰੜ ਵਿਖੇ ਹੋਈ ਕਿਉਂਕਿ ਉਦੋਂ ਇਹ ਖਰੜ ਦੇ ਨੇੜੇ ਇੱਕ ਫਾਰਮ ਹਾਊਸ 'ਚ ਰਹਿੰਦੇ ਹੁੰਦੇ ਸੀਗੇ ਮਿਹਰਬਾਨੀ ਜੀ ਧੰਨਵਾਦ